ਸਤਿ ਸ਼੍ਰੀ ਅਕਾਲ ਦੋਸਤੋ, ਆਪ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਇਨ ਥਾਈਲੈਂਡ ਦੇ ਵਿੱਚ। ਅਤੇ ਅੱਜ ਦਿਨ ਹੈਗਾ ਬੁੱਧਵਾਰ ਅਤੇ ਮੋਰਨਿੰਗ ਟਾਈਮ ਹੈ। ਚਾਹ ਵੈਸੇ ਅਸੀਂ ਪੀ ਬੈਠੇ ਹਾਂ ਅਤੇ ਮੇਰਾ ਸਿਰ 'ਤੇ ਮਹਿੰਦੀ ਲਾਈ ਹੈ, ਰਾਜ ਨੇ ਲਾਈ ਹੈ ਮੇਰੇ ਮਹਿੰਦੀ, ਇਹ ਹੈ ਹੱਥਾਂ ਵਾਲੀ ਮਹਿੰਦੀ। ਅਤੇ ਹੁਣ ਆਪਾਂ ਬਣਾਉਣ ਲੱਗੇ ਹਾਂ ਪਰਾਂਠਾ। ਬ੍ਰੇਕਫਾਸਟ ਅਸੀਂ ਕਰਾਂਗੇ ਪਰਾਂਠਾ, ਅੰਬ ਦਾ ਚਾਹ ਤੇ ਨਾਲ ਹੋਊਗਾ ਦਹੀਂ। ਖਾ ਕੇ ਫਿਰ ਅਸੀਂ ਕਿਤੇ ਚੱਲੇ ਆ। ਪਰ ਪਤਾ ਕੀ ਪ੍ਰੋਬਲਮ ਆ ਗਈ ਹੈ ਰਮਨ, ਅੱਜ ਮੈਨੂੰ ਏਦਾਂ ਹੀ ਜਾਣਾ ਪੈਣਾ ਮਹਿੰਦੀ ਨਾਲ। ਮਹਿੰਦੀ ਨਾਲ ਹੀ ਮੈਂ ਚੇਂਜ ਨਹੀਂ ਕਰ ਸਕਦੀ, ਜੇ ਮੈਂ ਹੁਣ ਚੇਂਜ ਕਰਾਂਗੀ ਸਾਰੇ ਕੱਪੜੇ ਮੇਰੇ ਖਰਾਬ ਹੋ ਜਾਣਗੇ। ਮੈਨੂੰ ਕਹਿ ਰਹੇ ਨੇ ਸਿਰ ਧੋ ਲੈ, ਮੈਂ ਸਿਰ ਨਹੀਂ ਧੋਣਾ। ਚੱਲੇਗਾ ਗੱਡੀ 'ਚ ਜਾਣਾ। ਜਾਣਾ ਕਿੰਨੀ ਦੂਰ ਹੈ? ਉੱਪਰ ਤੇਰਾ ਮੈਂ ਤੇ ਗੋਪੀ ਕਿੰਨੀ ਦੂਰ ਜਾਣਾ? ਆ ਜਾ ਚੱਲੀਏ ਨਾਲ। ਨਾ ਗੱਡੀ 'ਚ ਜਾਣਾ? ਨਾ, ਰੈਸਟ ਕਰਾਂ। ਇਹਨੂੰ ਤੋੜ ਕੇ ਖੜਾ ਹੋ ਸੀ ਪਿੱਛੇ ਪਿੱਛੇ। ਰੈਸਟ ਨੂੰ ਕੀ ਹੈ? ਨਾ ਹੁਣ ਤੂੰ 10 ਵਜੇ ਤੂੰ ਉੱਠੀ ਪੜਨਾ ਹੈ ਫਿਰ ਸੋਣਾ। ਹਾਂ ਪੜਾਂਗੇ, ਮੰਜੇ ਜ਼ਰੂਰ ਤੋੜਨੇ ਆ ਤੇ ਘੁੰਮਣਾ ਚਾਹੀਦਾ। ਘੰਟੇ ਜੇ ਅਸੀਂ ਮੁੜੇ ਆ। ਫੜ ਜੀ ਸਬਜ਼ੀ ਨਹੀਂ ਲੈਣੀ? ਲਓ ਜੀ, ਆਪਾਂ ਲੰਘ ਰਹੇ ਹਾਂ ਨਾਭੇ ਸ਼ਹਿਰ 'ਚ। ਫਰੂਟ ਰੇਹੜੀਆਂ ਦੇਖੋ, ਆਹ ਸਾਹਮਣੇ ਕੋਈ ਗੇਟ ਹੈ ਸ਼ੀਟਾਂ ਵਾਲਾ। ਸਾਡੀ ਜ਼ਮੀਨ ਸਾਰੀ ਇਹ ਕਿਹੜਾ ਫਾਟਕ? ਹੈਲੋ, ਇਹ ਫਾਟਕ ਕਿਹੜਾ ਹੈ? ਹਸਨਪੁਰ ਦਾ ਫਾਟਕ। ਇਹ ਹਸਨਪੁਰ ਦਾ ਫਾਟਕ ਹੈ। ਲਓ ਜੀ, ਵਿਰਕ ਦਾ ਬਰਥ ਪਲੇਸ ਤੇ ਆਹ ਸੀ ਇਹਨਾਂ ਦੀ ਜ਼ਮੀਨ। ਤੇ ਉਹ ਖੰਭਾ ਤੁਹਾਡੀ ਜ਼ਮੀਨ 'ਚ? ਇਹ ਬਾਅਦ 'ਚ ਲੱਗਿਆ ਖੰਭੇ ਨੂੰ। ਇਹ ਚੋਏ ਵਾਲੀ ਪੈਲੀ ਸੀ ਕਿਹੜੀ? ਨਹੀਂ ਨਹੀਂ, ਇਹ ਟਿੱਬੇ ਵਾਲੀ। ਇਹ ਟਿੱਬੇ ਵਾਲੀ ਪੈਲੀ ਸੀ? ਕਿੰਨੀ ਸੀ? ਇੱਥੇ ਇੰਨਾ ਉੱਚਾ ਟਿੱਬਾ ਹੁੰਦਾ ਸੀ ਨਾ, ਟ੍ਰੇਨ ਵਿੱਚੋਂ ਦਿਸਦੀ ਨਹੀਂ ਸੀ। ਕਿੰਨੀ ਪੈਲੀ ਸੀ ਤੁਹਾਡੀ ਟਿੱਬੇ ਵਾਲੀ? ਬਾਪੂ ਲੰਘ ਗਏ ਨੇ। ਉਹ ਲੈ ਕੇ ਬਣਾਉਣੀ ਕਿ ਤੁਹਾਨੂੰ ਪੈਸੇ ਭੇਜਾਂਗੇ। ਪਹਿਲੇ ਸਾਰੇ ਨੇ ਕਹੇ ਕਿੱਧਰ ਜਾਣਾ ਜੀ? ਤੁੰਗਾ ਤੁੰਗਾ ਤੋਂ ਅੱਗੇ ਤਨੌਰੀ ਹੈ। ਆਪਾਂ ਖੜੇ ਆ ਵਿਰਕ ਸਾਹਿਬ ਦੇ ਪਿੰਡ ਹਸਨਪੁਰ 'ਚ। ਇੱਥੋਂ ਪਿੱਛੇ ਬੰਦਾ ਆਇਆ ਨਾ ਪੁੱਛ ਰਿਹਾ ਹੈ। ਇਹ ਆ ਵਿਰਕ ਸਾਹਿਬ ਦਾ ਜਿੱਥੇ ਬਰਥ ਹੋਇਆ ਉਸ ਪਿੰਡ ਦੇ ਵਿੱਚ ਘੁੰਮ ਰਹੇ ਹਾਂ ਅਸੀਂ। ਅੱਜ ਦਿਲ ਕੀਤਾ ਵੀ ਇਸ ਪਿੰਡ ਦੀ ਆਇਆ ਜਾਵੇ ਤੇ ਵੀਡੀਓ ਬਣਾਈ ਜਾਵੇ। ਉਹਦਾ ਵੀਡੀਓ ਬਣਾਈ ਜਾਵੇ। ਪੁਰਾਣੀਆਂ ਯਾਦਾਂ। ਫਾਟਕ ਫਾਟਕ ਹੁੰਦਾ ਵਿੱਚ ਨਾਲੇ ਮਾਰੀ ਫੋਟੋ ਆ ਗਈ। ਹਾਂ ਹਾਂ, ਆਉਣਾ ਸੀ ਰਸਤੇ ਆਪਾਂ। ਹਾਂ ਆਇਆ ਜੀ ਹਸਨਪੁਰ ਪਿੰਡ। ਹੁਣ ਆਪਾਂ ਫਿਰ ਪਿੱਛੇ ਨੂੰ ਮੁੜ ਰਿਹਾ ਸਾਹਿਬ ਦਾ ਅੱਗੇ ਜਾਣਾ ਪੈਣਾ। ਬੈਗ ਬੈਗ ਆ ਤੁਹਾਡੇ ਕੋਲ ਰਿਸ਼ਤੇਦਾਰ ਨੇ ਬੈਠੇ, ਉਹਨੂੰ ਪੁੱਛ ਲਓ। ਇੱਕ ਮਿੰਟ ਭਾਈ ਪੁੱਛੋ, ਕਾਲ ਚ ਹੈਗੀ ਤੁਹਾਡੀ? ਨਾ ਬੋਲਦੀਏ ਇੱਥੇ। ਮੈਂ ਛੋਟਾ ਹੁੰਦਾ ਮੈਂ ਤਾਂ ਨਹੀਂ ਚਾਰਦਾ, ਇਹਦੇ ਨਾਲ ਹੀ ਮਿੰਦਰ ਨਾਲ ਹੀ ਅਸੀਂ ਇੱਥੇ ਮੱਝਾਂ ਚਾਰਦੇ। ਵਿਰਕ ਸਾਹਿਬ ਨੇ ਮੱਝਾਂ ਚਾਰੀਆਂ ਨੇ ਇੱਥੇ ਆ ਪੈਲੀ ਦੇ ਵਿੱਚ। ਤੇ ਅੱਜ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਨੂੰ ਇੱਧਰ ਆਏ ਸੀ। ਆ ਪੈਲੀ ਸਾਰੀ ਇਹਨਾਂ ਦੀ ਸੀ। ਇਹ ਉਹੀ ਹੈ ਪੁਲ। ਪੁਲ ਪੁਰਾਣਾ ਹੋਣਾ ਬੜਾ ਹੋਣਾ। ਨੰਜਾ ਕਿਨੇ ਪਾਈ ਬਹੁਤ ਹੁੰਦੀ ਵਾ। ਉੱਥੋਂ ਅੱਗੇ ਜਾ ਕੇ ਇੱਧਰ ਵੀ ਸੀ, ਉਹ ਜਿੱਥੇ ਕਿ ਖਜੂਰ ਦਿਸ ਰਹੀ ਹੈ ਉੱਥੋਂ ਦੋਹਾਂ ਪਾਸੇ ਸੀ। ਅਣੰਜਾ ਕਿਲੇ ਪੈਲੀ ਬਹੁਤ ਹੁੰਦੀ। ਅਣੰਜਾ ਕਿਲੇ ਉਹ ਸੀ, ਪਿੰਡ ਧਨੌਰੀ। ਇਹ ਵੀ ਹਸਨਪੁਰੇ ਤੋਂ ਥੋੜੀ ਦੂਰ ਹੀ ਆ, ਲਾਗੇ ਹੀ ਪੈ ਜਾਂਦਾ। ਲੰਘ ਰਹੇ ਹਾਂ ਧਨੌਰੀ ਪਿੰਡ ਚੋਂ। ਬੱਚਿਆਂ ਨੇ ਆਉਣਾ ਤਾਂ ਨਹੀਂ ਦੇਖ ਲੈਣਗੇ? ਖੱਬੇ ਦੇ ਮੁੰਡਾ ਨਾ ਸੁਬਹ ਸੁਬਹ ਦੇ ਨਾਲ
ਉੱਥੇ ਆਲੂ ਵਾਲੀ ਜਦੋਂ ਅੱਗੇ ਜਦੋਂ ਖੇੜਾ ਜਾ ਰਹੇ ਠੰਡੀ ਹਵਾ ਚੱਲ ਰਹੀ ਹੈ। ਵਿਰਕ ਸਾਹਿਬ ਤੇ ਛੋਟਾ ਬ੍ਰਦਰ ਜਾ ਰਹੇ ਨੇ। ਗੋਪੀ ਤਾਂ ਆਇਆ ਨੀ, ਭਜਨ ਨੀ ਤੁਰਿਆ ਫਿਰਦਾ। ਉਹ ਸਾਹਮਣੇ ਜਾਂ ਫੌਜੀ ਹੈ। ਲਓ ਜੀ, ਉਹ ਸਾਹਮਣੇ ਆ ਰਹੀ ਹੈ ਮੋਟਰ ਨਜ਼ਰ, ਤੇ ਅਸੀਂ ਅੱਜ ਆਏ ਹਾਂ ਖੇਤਾਂ ਨੂੰ ਗੇੜਾ ਮਾਰਨ। ਭਾਈ ਸਾਹਿਬ ਤੇ ਵਿਰਕ ਸਾਹਿਬ ਜਾ ਰਹੇ ਨੇ ਅੱਗੇ ਤੇ ਮੈਂ ਪਿੱਛੇ, ਬਣਾ ਰਹੀ ਹਾਂ ਇਹਨਾਂ ਦੀ ਵੀਡੀਓ। ਤੇ ਆਹ ਪੈਲੀ 'ਚ ਬੀਜੇ ਆ ਆਲੂ, ਆਹ ਪੈਲੀ 'ਚ ਬੀਜੇ ਆ ਆਲੂ। ਵੱਟ ਤੇ ਤੁਰਦਿਆਂ ਮੈਨੂੰ ਤਾਂ ਡਰ ਲੱਗ ਰਿਹਾ। ਸਿੱਧੀ ਲੈਣੀ? ਹਾਂਜੀ, ਉਹ ਲੈਣ। ਆਹ ਲੈਣ ਜਿਹੜੀ ਆ ਇਹ ਸਿੱਧੀ ਅੱਗੇ ਜਾਂਦੀ ਆ, ਉਹ ਜਿੱਥੇ ਜੀਰੀ ਪੱਕੀ ਉੱਚੀ ਉੱਚੀ ਦੇਖਦੀ ਆ। ਫਿਰ ਤਾਂ ਸੜਕ ਤੋਂ ਨੇੜੇ ਹੀ ਆ ਪੈਲੀ। ਹਾਂਜੀ, ਅਸੀਂ ਬਹੁਤੀ ਵਾਰ ਤੇ ਜਦੋਂ ਖੇਤ ਵੱਢੇ ਹੁਣ ਜੀਰੀ ਦੇ ਗੋਪੀ ਨੂੰ ਫਿਰ ਅਸੀਂ ਕਿਹਾ ਵੀ ਤੂੰ ਇਧਰੋਂ ਦੀ ਨੰਘ, ਅਸੀਂ ਮੁੜ ਗਿਆ ਕੀਤਾ ਆਇਓ, ਮੈਂ ਵੀ ਤੁਹਾਨੂੰ ਆਇਓ ਤੇ ਆਹ ਕੋਠੇ ਦੀ ਰਿਕੁਐਸਟ ਕਰਨੀ ਆ। ਅੱਛਾ ਭਈ, ਸਾਨੂੰ ਵੇਖੋ ਇਹਦੇ 'ਚ ਤਾਂ ਬਹਿਣਾ ਖਲੋਣਾ ਵੀ ਬੜਾ ਮੁਸ਼ਕਲ ਹੈ, ਇਹ ਤਾਂ ਹੁਣ ਗਿਰਨ ਦੀ ਤਿਆਰੀ ਹੈ ਇਹਦੀ। ਜਲਾ ਕੇ ਨੂੰ ਇਹਦਾ ਤਾਂਬਾ ਵੇਚ ਕੇ ਵੇਖ ਲਓ, 100 ਦਾ ਵਿਕੇ, 200 ਦਾ ਵਿਕੇ, ਉਹਨਾਂ ਨੇ ਆਪਣਾ ਨਸ਼ਾ ਪੂਰਾ ਕਰਤਾ। ਦੱਬਣ ਨੂੰ ਕੀ ਹੈ, ਪੁੱਟਣੀ ਕਿਹੜਾ ਔਖੀ ਹੈ ਜੀ, ਰੱਖ ਕੇ ਦੱਬੀ ਆ ਵੈਸੇ। ਹੁਣ ਤਾਂ ਅਸੀਂ ਸਿਸਟਮ ਹੀ ਹੋਰ ਕਰੇ ਰਹੇ, ਇੱਥੋਂ ਇਹ ਕੇਵਲ ਅਸੀਂ ਥੱਲਿਓਂ ਦੀ ਕੱਢ ਕੇ ਹੇਠਾਂ ਹੀ ਸਰਾਹ ਕਰਕੇ ਥੱਲਿਓਂ ਦੀ ਕੱਢੀ ਆ। ਇੱਥੇ ਵਿਖਾ ਹੜਿਆ ਬਈ ਅਮਲੀਆਂ ਦੀ ਵੱਡੀ, ਦੋ ਟੋਟੇ ਅੰਦਰ ਗੰਢ ਦੇ ਕੇ ਲਟਕਾ ਹੜਿਆ ਵੀ ਕੋਈ ਵੱਢ ਕੇ ਲਿਆ, ਉੱਧਰ ਕੋਠੇ ਵਾਲੇ ਪਾਸੇ ਉੱਧਰ ਇੱਥੇ। ਲਓ ਜੀ, ਉੱਧਰ ਪੈਲੀ 'ਚ ਟਰੈਕਟਰ ਚੱਲ ਰਿਹਾ। ਲਓ ਜੀ, ਆਹ ਲੱਗਾ ਗੁਹਾਰਾ। ਗੁਹਾਰੇ ਦਾ ਮਤਲਬ ਵੀ ਇਹਦੇ ਅੰਦਰ ਪਾਥੀਆਂ ਨੇ, ਹੈ ਨਾ, ਵੀ ਮੀਂਹ ਤੋਂ ਭਿੱਜੇ ਨਾ, ਅਤੇ ਥੱਲੇ ਪਾਥੀਆਂ ਪੱਥੀਆਂ ਨੇ। ਇਹ ਹੈਗਾ ਆਪਣਾ ਪੰਜਾਬੀ, ਕੀ ਕਹਾਂਗੇ ਇਹਨੂੰ, ਇਹਨੂੰ ਆਪਾਂ ਕੀ ਕਹਾਂਗੇ, ਆਪਣਾ ਪੰਜਾਬੀ ਕੀ ਹੈ, ਘੀਰਾ, ਪੰਜਾਬੀ ਘੀਰਾ। ਲਓ ਜੀ, ਮੇਰੇ ਭਰਾ ਨੂੰ ਅਜੀਬ ਪਸੰਦ ਆ ਗਈ ਹੈ। ਸਾਹਮਣੇ ਆ ਪਿੱਪਲ ਅਤੇ ਬੋਹੜ, ਅਤੇ ਇੱਧਰ ਨੇ ਕਿੱਕਰ, ਕਾਬਲੀ ਕਿੱਕਰ, ਪਹਾੜੀ ਕਿੱਕਰ, ਅਤੇ ਉਹ ਸਾਹਮਣੇ ਪਿੰਡ ਆ ਧਨੌਰੀ। ਯੂਰਪ ਦਾ ਤੇ ਇਹਦਾ ਯੂਕੇ ਦਾ ਤੇ ਲਵਾਇਆ ਸੀ ਪਟਿਆਲਿਓਂ, ਟਰੈਵਲ ਟ੍ਰਿਪ ਵਾਲਿਆਂ ਨੇ, ਉਹਨਾਂ ਦਾ ਤੇ ਕੰਮ ਨਹੀਂ ਇੰਨਾ ਵਧੀਆ ਲੁਧਿਆਣੇ। ਗੋਪੀ ਨੇ ਮਾਰੀ ਬ੍ਰੇਕ, ਅੱਗੇ ਟਰਾਲੀ ਹੈ, ਸੜਕ ਹੈ ਸਿੰਗਲ, ਪਤਾ ਨੀ ਹੁਣ ਨਿਕਲਦੇ ਹਾਂ ਅਸੀਂ ਕਿ ਨਹੀਂ। ਇੱਧਰ ਇੱਧਰ ਸਾਡੀ ਗੱਡੀ ਫਸੇ ਭਾਵੇਂ, ਚਲੀ ਗਈ ਮੈਨੂੰ ਲੱਗਦਾ। ਥੱਪਰ ਕਾਲਜ
ਇਧਰੋਂ ਆ ਰਹੇ ਆ ਬੱਚੇ ਪੜ੍ਹ ਕੇ ਥਾਪਰ ਕਾਲਜ ਤੋਂ ਨਿਕਲ ਰਹੇ ਲੋਕ ਤੇ ਆਹ ਤੁਹਾਨੂੰ ਦਿਖਾਇਆ ਜਿਵੇਂ ਬੋਰਡ ਆ ਥਾਪਰ ਕਾਲਜ ਦਾ ਅੱਗੇ ਵੀ ਤੁਹਾਨੂੰ ਦਿਖਾਉਂਦੇ ਹਾਂ ਆ ਜਾਂਦਾ ਕੱਲ ਦੀ ਰਾਹ ਉੱਧਰ ਨੂੰ ਹਾਂ ਇਹ ਪਰਸੋਂ ਜਾ ਨਿਕਲਦੀ ਆ ਸਰ ਗੈਰੀ ਸੇਠ ਘੋੜਾ ਹੇਠ ਗੈਰੀ ਤੂੰ 15 ਪ੍ਰੋ ਲਈ ਹਨਾ ਉਹ ਵੀ ਲਾਂਚ ਹੋਣ ਵਾਲਾ ਹੈ ਕਹਿੰਦੀ ਜਿਹੜਾ ਬੁਲਤਾ ਜਿਹੜਾ ਟਾਈਮ ਹੈ 14 ਪ੍ਰੋ ਕਾ ਲਿਆ 14 ਪ੍ਰੋ